ਕੀ ਗੱਲ ਹੋਈ? ਕਿਸ ਤਰ੍ਹਾਂ? ਲੜਕੀ ਬਹੁਤ ਹੀ ਭੋਲੀ ਸੀ, ਇਹਨੂੰ ਜਦੋਂ ਤੋਂ ਹੀ ਵਿਆਹੀ ਆ ਉਦੋਂ ਤੋਂ ਹੀ ਇੰਨਾ ਕੁ ਤੰਗ ਕਰਦੇ ਸੀ, ਕਈ ਵਾਰ ਫੋਨ ਕਰਦੀ ਸੀ ਕਿ ਮੈਂ ਬਹੁਤ ਤੰਗ ਆ, ਮੇਰਾ ਦਿਲ ਨਹੀਂ ਲੱਗਦਾ। ਕਿਹੜੀ ਚੌਂਕੀ ਦਾ? ਕੀ ਮਸਲਾ ਹੈ ਜੀ ਇਹ? ਸਰ ਫਾਹੀ ਲਿਆ ਜੀ। ਕੀ ਨਾਂ ਲੜਕੀ ਦਾ? ਹਾਂਜੀ, ਸੰਦੀਪ ਕੌਰ। ਅਤੇ ਹੁਣ ਕੋਈ ਕਾਰਵਾਈ ਅਜੇ ਤੱਕ ਆਰੰਭ 'ਚ ਲਿਆਦੀ ਪੁਲਿਸ ਵੱਲੋਂ? ਅਤੇ ਇਹ ਕੋਈ ਗ੍ਰਿਫਤਾਰ ਵੀ ਕੀਤਾ ਬੰਦਾ ਕੋਈ? ਇਹਨਾਂ ਕੌਣ ਹੈ ਬੰਦਾ ਜਿਹੜਾ? ਘਰ ਵਾਲਾ ਕੋਈ? ਸਕੱਤਰ ਸਿੰਘ। ਕੀ ਗੱਲ ਹੋਈ ਹੈ ਲੜਕੀ ਨੂੰ? ਬਾਈ ਇਹਨਾਂ ਨੂੰ ਕੋਈ ਗੱਲ ਇਹਨਾਂ ਨੂੰ ਚੰਗੀ ਆਉਂਦੀ ਨਹੀਂ, ਬੱਚੀ ਨੂੰ ਡਿਪਰੈਸ਼ਨ 'ਚ ਰੱਖਣਾ, ਟਕੋਚਿੰਗਾਂ ਕਰੀ ਜਾਣੀਆਂ, ਤੰਗ ਕਰਨਾ 4 ਸਾਲ ਤੋਂ। ਕਿੰਨਾ ਚਿਰ ਹੋ ਗਿਆ ਵਿਆਹ ਨੂੰ? 4 ਸਾਲ ਹੋ ਗਏ। ਕਿੱਥੇ ਵਿਆਹੀ ਸੀ ਲੜਕੀ? ਸਰਾਲੀ ਮੁੰਡਾ ਜੀ। ਕੀ ਨਾਂ ਇਹਦੇ? ਘਰ ਵਾਲੇ ਦਾ ਨਾਂ ਕੀ? ਕਵਲਦੀਪ ਸਿੰਘ ਜੀ। ਸਹੁਰੇ ਦਾ ਨਾਂ ਮਹਿਲ ਸਿੰਘ। ਅਤੇ ਡੈਥ ਕਿਸ ਤਰ੍ਹਾਂ ਹੋਈ? ਮੈਂ ਜਾ ਕੇ ਲੜਕੀ ਨੂੰ ਲਾਇਆ ਹੈ, ਹੁਣ ਰੱਬ ਜਾਣੇ ਇਹਨਾਂ ਕਹਾਣੀ ਬਣਾਈ ਕੋਈ, ਇਹਨਾਂ ਕੀ ਕੀਤਾ ਰੱਬ ਜਾਣੇ, ਮੈਂ ਤਾਂ ਜਾ ਕੇ ਲਾਈ ਹੈ ਲੜਕੀ। ਕੀ ਮੰਗ ਕਰਦੇ? ਕਹਿੰਦੇ ਤੇਰੇ ਪਾਸ ਹੀ ਗੱਲ ਨਹੀਂ ਗੀ, ਤੂੰ ਜਾ, ਅਸੀਂ ਮੁੰਡਾ ਵਿਆਹ ਲਾਂਗੇ, ਤੂੰ ਡਿਪਰੈਸ਼ਨ ਰੱਖਣਾ, ਮਤਲਬ ਜੋ ਉਹਦੀਆਂ ਵਰਦੀਆਂ, ਜੋ ਲੀੜਾ ਕੱਪੜਾ ਸਾਰਾ ਕੁਛ ਮੈਂ ਲੈ ਕੇ ਜਾਂਦਾ ਜੀ। ਕਾਰਵਾਈ ਕੀਤੀ? ਲੱਜੀ ਨਹੀਂ, ਲੱਜੀ ਨਹੀਂ, ਕੋਈ ਨਾ ਕੋਈ ਇਹਨਾਂ ਦੀ ਡਿਮਾਂਡ ਹੀ ਰਹੀ ਹੈ। ਕਾਰਵਾਈ ਕੀਤੀ ਕੋਈ ਪੁਲਿਸ ਨੇ? ਕਾਰਵਾਈ ਹੁਣ ਜੀ ਹੁਣ ਜਾਣ ਡਏ ਆ। ਕੀ ਗੱਲ ਹੋਈ ਲੜਕੀ? ਕਿਸ ਤਰ੍ਹਾਂ? ਲੜਕੀ ਬਹੁਤ ਹੀ ਭੋਲੀ ਸੀ, ਇਹਨੂੰ ਜਦੋਂ ਤੋਂ ਹੀ ਵਿਆਹੀ ਆ ਉਦੋਂ ਤੋਂ ਹੀ ਇੰਨਾ ਕੁ ਤੰਗ ਕਰਦੇ ਸੀ, ਕਈ ਵਾਰ ਫੋਨ ਕਰਦੀ ਸੀ ਕਿ ਮੈਂ ਬਹੁਤ ਤੰਗ ਆ, ਮੇਰਾ ਦਿਲ ਨਹੀਂ ਲੱਗਦਾ। ਕੀ ਨਾਂ ਹੈ ਲੜਕੀ? ਸੰਦੀਪ ਕੌਰ। ਕਿੱਥੇ ਵਿਆਹੀ? ਸਰਾਲੀ ਮਾਂਜੀ। ਕੀ ਨਾਂ ਇਹਦੇ ਘਰ ਵਾਲੇ ਦਾ? ਕਵਲਜੀਤ ਸਿੰਘ। ਕੋਈ ਕਾਰਵਾਈ ਕਰਾਈ ਹੁਣ ਇਸ? ਨਹੀਂ ਜੀ, ਅਜੇ ਤਾਂ ਬਸ ਸਵੇਰੇ ਹੀ ਪਤਾ ਲੱਗਾ ਅਤੇ ਗਏ ਹਾਂ ਉੱਥੋਂ, ਨਾਲ ਗਏ ਨੇ ਲੈ ਕੇ ਆ। ਕੀ ਮੰਗ ਕਰਦੇ? ਮੰਗ ਬਸ ਇਹੋ ਜੀ, ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਆ ਜੀ, ਪੁਲਿਸ ਤੋਂ ਹੀ ਮੰਗ ਕਰਦੇ ਹਾਂ, ਕਾਰਵਾਈ ਹੋਣੀ ਚਾਹੀਦੀ ਆ ਜੀ। ਇਹਨਾਂ ਨੇ ਇੰਨਾ ਤੰਗ ਕਰਦੇ ਰਹੇ ਆ, ਇੱਕ ਭੋਲੀ ਜਿਹੀ ਗੁੜੀਆ, ਪੜ੍ਹੀ ਲਿਖੀ ਗੁੜੀਆ, ਇੰਨੀ ਪੜ੍ਹੀ ਲਿਖੀ ਹੋਵੇ ਅਤੇ ਪੜ੍ਹੀ ਲਿਖੀ ਇੱਕ ਜਿਹੜੀ 22-23 ਸਾਲ ਦੀ ਗੁੜੀਆ ਐਵੇਂ ਕਰ ਹੀ ਨਹੀਂ ਸਕਦੀ। ਅੱਗੇ ਤੁਸੀਂ ਸਿਆਣੇ ਜੀ।